ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਜਿੱਥੇ 7 ਅਕਤੂਬਰ ਨੂੰ ਪਟਿਆਲਾ ਵਿਖੇ ਹੋਣ ਜਾ ਰਹੀ ਰੈਲੀ ਦੇ ਸੰਬੰਧ ਵਿੱਚ ਪਾਰਟੀ ਅਤੇ ਸੂਬੇ ਦੇ ਲੋਕਾਂ ਨੂੰ ਰੈਲੀ ਵਿੱਚ ਪੁੱਜਣ ਦੀ ਅਪੀਲ ਕੀਤੀ ਹੈ, ਉੱਥੇ ਹੀ ਕੈਪਟਨ ਦੇ ਵਰਦਿਆਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਆਖਿਆ, ਅਸੀਂ ਤਾਂ ਨਹਿਰੂ, ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਤੱਕ ਨੂੰ ਝੁਕਾ ਦਿੱਤਾ ਹੈ ਅਤੇ ਕੈਪਟਨ ਕਿਹੜੇ ਬਾਗ ਦੀ ਮੂਲੀ ਹੈ। ਪ੍ਰਕਾਸ਼ ਸਿੰਘ ਬਾਦਲ ਨੇ ਆਖਿਆ, ਕੈਪਟਨ ਨੇ ਲੰਬੀ ਰੈਲੀ ਕਰਕੇ ਝੂਠ ਹੀ ਬੋਲਣਾ ਹੈ। ਸਰਦਾਰ ਬਾਦਲ ਨੇ ਕਿਹਾ, ਰੈਲੀ ਦੀਆਂ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਅਤੇ ਅਕਾਲੀ ਦਲ ਪਟਿਆਲਾ ਵਿੱਚ ਇਤਿਹਾਸਕ ਰੈਲੀ ਕਰਕੇ ਕੈਪਟਨ ਸਰਕਾਰ ਦੀਆਂ ਨਾਕਾਮੀਆਂ ਦਾ ਪਰਦਾਫਾਸ਼ ਕਰੇਗਾ। ਹੁਣ ਇੱਕ ਰੈਲੀ ਰੱਖੀ ਹੈ ਪਟਿਆਲੇ 7 ਤਰੀਕ ਨੂੰ, ਕਿਉਂਕਿ ਸਾਰਾ ਜਿਹੜਾ ਜ਼ੁਲਮ ਹੋਇਆ, ਅੱਤਿਆਚਾਰ ਹੋਇਆ ਹੈ, ਇਹ ਡੈਮੋਕ੍ਰੇਸੀ ਦਾ ਕਤਲ ਹੋਇਆ, ਇਹ ਹੋਇਆ ਤਾਂ ਉਹਦੇ ਹੁਕਮ ਨਾਲ ਹੈ ਨਾ। ਅਫਸਰਾਂ ਨੂੰ ਉਹਨਾਂ ਨੇ ਆਖਿਆ, ਅਫਸਰਾਂ ਨੇ ਅਗਾਂਹ ਆਖਿਆ, ਅਤੇ ਉਹਦੇ ਅੱਗੇ ਪਟਿਆਲੇ ਰੈਲੀ ਕਰਨੀ। ਜੇ ਤੁਸੀਂ ਸ੍ਰੀ ਸਹੀ ਮਾਇਨਿਆਂ 'ਚ ਗੁਰੂ ਸਾਹਿਬਾਨ ਦੇ ਅਸੂਲ 'ਤੇ ਚੱਲਣਾ ਤਾਂ ਮਨ ਬਣਾ ਲਓ ਕਿ ਅਸੀਂ ਇੱਕ ਇੱਕ ਘਰ ਦਾ ਘੱਟੋ ਘੱਟ ਇੱਕ ਬੰਦਾ 7 ਤਰੀਕ ਨੂੰ ਪਟਿਆਲੇ ਪਹੁੰਚੇਗਾ। ਤੁਹਾਨੂੰ ਬੱਸਾਂ ਦਾ ਇੰਤਜ਼ਾਮ ਕਰਕੇ ਦਿਆਂਗੇ, ਪਰ ਅੱਜ ਕੱਲ੍ਹ ਕਾਰਾਂ ਵੀ ਘਰ ਘਰ ਖੜੀਆਂ, ਉਹਨਾਂ ਨੂੰ ਵੀ ਵਰਤੋਂ ਇੱਕ ਦਿਨ ਪਾਰਟੀ ਵਾਸਤੇ। ਆਪਾਂ ਸਾਂਝੀ ਥਾਂ ਬੈਠੇ ਹਾਂ, ਮਿਠੀ ਵਾਲਿਓ ਪਿੱਛੇ ਤਾਂ ਥੋੜ੍ਹੀ ਜਿਹੀ ਕਮੀ ਰਹਿ ਗਈ, ਕੋਈ ਗੱਲ ਨਹੀਂ, ਹੁਣ ਆ ਰੈਲੀ 'ਚ ਨਾ ਕਮੀ ਰਹੇ। ਚੱਲੋਂਗੇ ਸਾਰੇ? ਸਾਰੇ ਹੱਥ ਕੱਢੋ, ਪਬਲਿਕ 'ਚ ਹੱਥ ਖੜੇ ਕਰਨ, ਉਹ ਵਿਚਾਲੇ ਜੇ ਨਹੀਂ ਹੋਏ। ਇੱਧਰ ਫੇਰ ਕਰੋ ਜੀ, ਬੱਸਾਂ ਭੇਜ ਦਿਆਂਗੇ 7 ਤਰੀਕ ਨੂੰ। ਮੈਂ ਤਾਂ ਪਟਿਆਲੇ ਹੀ ਜਾਣਾ, ਹੁਣ ਪਟਿਆਲੇ 7-8 ਦਿਨ, 5-6 ਦਿਨ ਰਹਾਂਗੇ। ਐਨ ਲਲਕਾਰ ਕੇ ਆ ਦਾਂ ਕਿ ਤੁਹਾਨੂੰ ਸਬਕ ਸਿਖਾਵਾਂਗੇ। ਬਿਊਰੋ ਰਿਪੋਰਟ, ਪਟਿਆਲਾ ਟੀਵੀ। ਕੀ ਦੇਖ ਰਹੇ ਹੋ? ਪਟਿਆਲਾ ਟੀਵੀ। ਪਟਿਆਲਾ ਟੀਵੀ ਜੋੜੇ ਆਪ ਜੀ ਨੂੰ ਸੋਹਣੇ ਪੰਜਾਬ ਅਤੇ ਦੇਸ਼ ਨਾਲ। ਹਮੇਸ਼ਾ ਦੇਖਦੇ ਰਹੋ ਪਟਿਆਲਾ ਟੀਵੀ।